ਤੁਸੀਂ ਦੇਖ ਰਹੇ ਹੋ ਦਾ ਟੀ ਵੀ ਐਨ ਆਰ ਆਈ ਸਪੋਰਟਸ ਅਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਅੱਜ ਫਿਰ ਗੱਲ ਕਬੱਡੀ ਖੇਡ ਦੀ ਕਰਾਂਗੇ। ਪੰਜਾਬ ਦੇ ਵਿੱਚ ਇੰਨੀ ਦਿਨੀ ਕਬੱਡੀਆਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ ਨੇ, ਜੱਫੇ ਲੱਗਣੇ ਫਿਰ ਸ਼ੁਰੂ ਹੋ ਗਏ ਨੇ, ਖਾਸ ਕਰਕੇ ਮਾਲਵਾ ਖੇਤਰ ਦੇ ਵਿੱਚ ਜਿਹੜੇ ਅੱਜ ਕੱਲ੍ਹ ਕਬੱਡੀ ਦੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ, ਚਾਹੇ ਅਕੈਡਮੀਆਂ ਦੇ ਮੁਕਾਬਲੇ ਨਹੀਂ ਹੋ ਰਹੇ, ਓਪਨ ਕਬੱਡੀ ਦੇ ਮੁਕਾਬਲੇ ਨਹੀਂ ਦੇਖਣ ਨੂੰ ਮਿਲ ਰਹੇ, ਪਰ ਵਜਨੀ ਕਬੱਡੀ ਦੇ ਜਿਹੜੇ ਮੁਕਾਬਲੇ ਆ ਉਹਨਾਂ ਦੀਆਂ ਲਗਾਤਾਰ ਕਬੱਡੀਆਂ ਪੈ ਰਹੀਆਂ ਨੇ ਅਤੇ ਲਗਾਤਾਰ ਜਿਹੜੇ ਜੱਫੇ ਲੱਗ ਰਹੇ ਨੇ। ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਵੀ ਕਿਤੇ ਕਿਤੇ ਵਜਨੀ ਕਬੱਡੀ ਦੇ ਮੁਕਾਬਲਿਆਂ ਦੀ ਖਬਰ ਸੁਣਨ ਨੂੰ ਸਾਹਮਣੇ ਆ ਰਹੀ ਹੈ, ਉੱਥੇ ਵੀ ਵਜਨੀ ਕਬੱਡੀ ਦੇ ਮੁਕਾਬਲੇ ਹੋਣਗੇ। ਅੱਜ ਅਸੀਂ ਕਬੱਡੀ ਖੇਡ ਦੇ ਉੱਪਰ ਹੀ ਚਰਚਾ ਕਰਾਂਗੇ ਕਿ ਕੋਵਿਡ-19 ਮਹਾਂਮਾਰੀ ਜਿਹੜੀ ਆਈ ਉਸ ਤੋਂ ਬਾਅਦ ਜਿਹੜੀ ਕਬੱਡੀ ਹੈ ਉਹ ਕਿਸ ਤਰ੍ਹਾਂ ਬਦਲੀ ਹੈ, ਕਿਸ ਤਰ੍ਹਾਂ ਓਪਨ ਕਬੱਡੀ ਦੀ ਜਗ੍ਹਾ ਹੁਣ ਵਜਨੀ ਕਬੱਡੀ ਦੇ ਮੁਕਾਬਲੇ ਜ਼ਿਆਦਾ ਹੋਣ ਲੱਗ ਪਏ ਨੇ, ਔਰ ਉਹਨਾਂ ਮੁਕਾਬਲਿਆਂ ਦਾ ਕਿਹਨਾਂ ਖਿਡਾਰੀਆਂ ਨੂੰ ਫਾਇਦਾ ਹੋ ਰਿਹਾ ਹੈ, ਕਿਹਨਾਂ ਖਿਡਾਰੀਆਂ ਨੂੰ ਨੁਕਸਾਨ ਹੋ ਰਿਹਾ, ਕਦੋਂ ਤੱਕ ਇਸ ਤਰ੍ਹਾਂ ਦੇ ਮੁਕਾਬਲੇ ਹੋਣਗੇ, ਔਰ ਕਿਸ ਤਰ੍ਹਾਂ ਇਹਨਾਂ ਮੁਕਾਬਲਿਆਂ ਦੇ ਚੱਲਦੇ ਜਿਹੜੀ ਨਵੀਂ ਪਨੀਰੀ ਉੱਠ ਰਹੀ ਹੈ ਕਬੱਡੀ ਦੀ, ਜਿਨ੍ਹਾਂ ਨੂੰ ਪਹਿਲਾਂ ਆਪਣਾ ਹੁਨਰ ਰੱਖਣ ਦਾ ਘੱਟ ਮੌਕਾ ਮਿਲ ਰਿਹਾ ਸੀ ਕਿਉਂਕਿ ਅਕੈਡਮੀਆਂ ਦੇ ਮੁਕਾਬਲੇ ਜ਼ਿਆਦਾ ਹੋ ਰਹੇ ਸੀ, ਓਪਨ ਕਬੱਡੀ ਦੇ ਮੁਕਾਬਲੇ ਜ਼ਿਆਦਾ ਹੋ ਰਹੇ ਸੀ, ਲੇਕਿਨ ਵਜਨੀ ਕਬੱਡੀ ਦੇ ਜਿਹੜੇ ਮੁਕਾਬਲੇ ਉਹ ਘੱਟ ਹੋ ਰਹੇ ਸੀ। ਪਰ ਲੋਕਡਾਊਨ ਤੋਂ ਬਾਅਦ ਹੁਣ ਜਿਸ ਤਰ੍ਹਾਂ ਮੁੜ ਕਬੱਡੀ ਦੀ ਵਾਪਸੀ ਹੋਈ ਹੈ, ਗਰਾਊਂਡਾਂ ਪੰਜਾਬ ਦੀਆਂ ਹੋਣ ਜਾਂ ਗਰਾਊਂਡਾਂ ਹਰਿਆਣੇ ਦੀਆਂ ਹੋਣ, ਉਹਨਾਂ ਸਾਰੀਆਂ ਗਰਾਊਂਡਾਂ ਦੇ ਉੱਪਰ ਹੁਣ ਕਬੱਡੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਸਿਹਤ ਮਹਿਕਮੇ ਦੀਆਂ ਜਿਹੜੀਆਂ ਹਦਾਇਤਾਂ ਨੇ, ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਨੇ। ਹਾਲਾਂਕਿ ਜੇ ਕੁਸ਼ਤੀ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੁਸ਼ਤੀ ਮੁਕਾਬਲੇ ਹਾਲੇ ਤੱਕ ਕਿਤੇ ਵੀ ਨਹੀਂ ਸ਼ੁਰੂ ਹੋ ਸਕੇ। ਭਲਵਾਨ ਜਿਹੜੇ ਆਪਣੇ ਤੌਰ 'ਤੇ ਹੀ ਜ਼ਰੂਰ ਪ੍ਰੈਕਟਿਸ ਕਰਕੇ ਆਪਣੇ ਸਰੀਰ ਨੂੰ ਕਾਇਮ ਰੱਖ ਰਹੇ ਨੇ, ਪਰ ਕਬੱਡੀ ਦੀ ਵਾਪਸੀ ਜ਼ਰੂਰ ਹੋਈ ਹੈ ਪੰਜਾਬ ਦੇ ਵਿੱਚ। ਹੁਣ ਆਉਂਦੇ ਦਿਨਾਂ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੁੜ ਤੋਂ ਕਬੱਡੀ ਦਾ ਸੀਜ਼ਨ ਸ਼ੁਰੂ ਹੋਣਾ ਹੈ, ਪੰਜਾਬ ਦੇ ਵਿੱਚ ਮੁੱਖ ਤੌਰ 'ਤੇ 3 ਫੈਡਰੇਸ਼ਨਾਂ ਜਿਹੜੀਆਂ ਕੰਮ ਕਰਦੀਆਂ ਨੇ। ਮੇਜਰ ਲੀਗ ਕਬੱਡੀ ਫੈਡਰੇਸ਼ਨ ਜਿਹੜਾ ਜਨਮ ਇਸੇ ਸਾਲ ਹੀ ਹੋਇਆ ਸੀ, ਇਸ ਤੋਂ ਇਲਾਵਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਜਿਹੜੀ ਲੰਬੇ ਸਮੇਂ ਤੋਂ ਪੰਜਾਬ ਦੀ ਕਬੱਡੀ ਦੀ ਜਿਹੜੀ ਤਰਜਮਾਨੀ ਕਰਦੀ ਹੈ, ਜ਼ਿਆਦਾ ਖਿਡਾਰੀ ਉਸੇ ਲੀਗ ਦੇ ਵਿੱਚ ਖੇਡਦੇ ਨੇ ਵੱਡੇ ਖਿਡਾਰੀਆਂ ਦੀ ਜੇ ਆਪਾਂ ਗੱਲ ਕਰਦੇ ਹਾਂ, ਅਤੇ ਇਸੇ ਤਰ੍ਹਾਂ ਪੰਜਾਬ ਕਬੱਡੀ ਐਸੋਸੀਏਸ਼ਨ ਉਹਨਾਂ ਦੇ ਮੁਕਾਬਲੇ ਵੀ ਇੱਥੇ ਕਰਵਾਏ ਜਾਂਦੇ ਨੇ। ਹਰ ਫੈਡਰੇਸ਼ਨ ਦੇ ਵਿੱਚ 8-8 ਜਿਹੜੀਆਂ ਟੀਮਾਂ ਖੇਡਦੀਆਂ ਨੇ, ਔਰ ਜਦੋਂ ਪੰਜਾਬ ਦੇ ਵਿੱਚ ਕਬੱਡੀ ਦਾ ਜਿਹੜਾ ਸੀਜ਼ਨ ਆ ਭਾਰ ਜੋਬਨ 'ਤੇ ਹੁੰਦਾ ਤਾਂ ਫਿਰ ਲੱਖਾਂ ਰੁਪਈਏ ਲੱਗਦੇ ਨੇ ਸਟਾਰ ਜਿਹੜੇ ਕਬੱਡੀ ਦੇ ਖਿਡਾਰੀ ਹੁੰਦੇ ਨੇ ਉਹਨਾਂ ਦੇ ਉੱਪਰ। ਹਰ ਕੋਈ ਚਾਹੁੰਦਾ ਹੈ ਕਿ ਜਿਹੜੇ ਸੁਪਰ ਸਟਾਰ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੂੰ ਆਪਣੇ ਪਿੰਡ ਜਿਹੜੇ ਮੁਕਾਬਲੇ ਹੁੰਦੇ ਨੇ ਉਹਨਾਂ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਸਕੇ। ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਬੱਡੀ ਦੇ ਪ੍ਰਸਿੱਧ ਬੁਲਾਰੇ ਬਸੰਤ ਸਿੰਘ ਬਾਜਾਖਾਨਾ ਦੇ ਨਾਲ, ਜਿਹੜਾ ਅਕਸਰ ਮੈਦਾਨਾਂ ਦੇ ਉੱਪਰ ਤੁਸੀਂ ਕਬੱਡੀ ਮੈਚਾਂ ਦੇ ਵਿੱਚ ਉਸ ਸਿੱਖ ਸਰਦਾਰ ਕਮੈਂਟਰ ਦੀ ਕਮੈਂਟਰੀ ਤੁਸੀਂ ਸੁਣਦੇ ਹੋ, ਔਰ ਬਹੁਤ ਵੱਡੀ ਗਿਣਤੀ ਵਿੱਚ ਲੋਕ ਫੈਨ ਨੇ ਉਸ ਸਿੱਖ ਸਰਦਾਰ ਦੀ ਕਮੈਂਟਰੀ ਦੇ, ਉਹਨਾਂ ਨਾਲ ਅਸੀਂ ਫੋਨ ਲਾਈਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸੀਜ਼ਨ ਪੰਜਾਬ ਦੇ ਵਿੱਚ ਇਸ ਵੇਲੇ ਜੋ ਕਬੱਡੀ ਦਾ ਸੀਜ਼ਨ ਚੱਲ ਰਿਹਾ, ਉਸ ਸੀਜ਼ਨ ਦੇ ਵਿੱਚ ਉਹਨਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ, ਕਿਸ ਤਰ੍ਹਾਂ ਜਿਹੜੇ ਪ੍ਰਮੋਟਰ ਤਾਂ ਆਪਣਾ ਪੈਸਾ ਜ਼ਰੂਰ ਲਗਾ ਰਹੇ ਨੇ, ਪਰ ਜਿਹੜੇ ਕਬੱਡੀ ਦੇ ਕਮੈਂਟੈਂਟਰ ਨੇ, ਜਿਹੜੇ ਕਬੱਡੀ ਦੇ ਬੁਲਾਰੇ ਨੇ, ਉਹਨਾਂ ਬੁਲਾਰਿਆਂ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਕੋਵਿਡ-19 ਦੇ ਚੱਲਦੇ, ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਬਸੰਤ ਸਿੰਘ ਬਾਜਾਖਾਨਾ ਦੇ ਨਾਲ, ਔਰ ਅਸੀਂ ਫੋਨ ਲਾਈਨ 'ਤੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਬਸੰਤ ਸਿੰਘ ਬਾਜਾਖਾਨਾ ਨੂੰ। ਬਸੰਤ ਸਿੰਘ ਬਾਜਾਖਾਨਾ ਜੀ ਸਾਡੇ ਨਾਲ ਜੁੜ ਗਏ ਨੇ ਜੀ, ਸਵਾਗਤ ਹੈ NRI TV ਦੇ ਤੁਹਾਡਾ। ਹਾਂਜੀ ਹਾਂਜੀ ਬਸੰਤ ਜੀ, ਹੁਣ ਜਦੋਂ ਲੋਕਡਾਊਨ ਹੋ ਗਿਆ ਉਸ ਤੋਂ ਬਾਅਦ ਹੁਣ ਵਹਿਲੀ ਕਬੱਡੀ ਜਾਂ ਸ਼ੁਰੂ ਹੋ ਗਈਆਂ ਨੇ, ਹਰਿਆਣੇ ਦੇ ਵਿੱਚ ਕਿਤੇ ਕਿਤੇ ਮੁਕਾਬਲੇ ਹੋ ਰਹੇ ਨੇ, ਔਰ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਖਾਸ ਕਰਕੇ ਮੁਕਾਬਲੇ ਹੋ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਕਬੱਡੀ ਦੀ ਮੁੜ ਬਹਾਲੀ ਹੋਈ ਹੈ? ਨਹੀਂ, ਬੜੀ ਖੁਸ਼ੀ ਦੀ ਗੱਲ ਆ ਜੀ, ਕਬੱਡੀ ਖੁੱਲਣੀ ਚਾਹੀਦੀ ਕਿਉਂਕਿ ਕਬੱਡੀ ਦੇ ਨਾਲ ਬਹੁਤ ਸਾਰੇ ਜਿਹੜੇ ਆ ਵੀ ਹਨਾ ਪਰਿਵਾਰਾਂ ਦੇ ਘਰ ਚੱਲਦੇ ਆ ਜੀ, ਤੇ ਜਿੱਦਾਂ ਪਲੇਅਰਾਂ ਦੀ ਆਪਾਂ ਪਹਿਲਾਂ ਮੇਨ ਗੱਲ ਆ ਜਾਂਦੀ ਹੈ, ਫਿਰ ਰੈਫਰੀਆਂ ਦੀ ਆ ਜਾਂਦੀ ਹੈ, ਕਮੈਂਟੇਟਰ ਦੀ ਗੱਲ ਆ ਜਾਂਦੀ, ਜਾਲ ਸਾਊਂਡ ਤੇ ਜਿੱਦਾਂ ਕਲੀ ਵਾਲੇ ਵੀ ਆ, ਬਾਕੀ ਜਿੱਦਾਂ ਰੇਹੜੀਆਂ ਲਾਉਂਦੇ ਆ ਹਨਾ, ਉਹਨਾਂ ਦਾ ਵੀ ਜਿਹੜਾ ਰੁਜ਼ਗਾਰ, ਜਿਹੜਾ ਜਿੱਦਾਂ ਆਪਾਂ ਕਰੋਨਾ ਕਰਕੇ ਜਿੱਦਾਂ ਪਿੱਛੇ 5 ਮਹੀਨੇ ਆਪਾਂ ਨੂੰ ਹੋ ਗਏ ਲੋਕਡਾਊਨ ਨੂੰ ਜੀ, ਤਾਂ ਜਦੋਂ ਦੀ ਕਬੱਡੀ ਰੁਕੀ ਆ ਹਨਾ ਜੀ, ਤੇ ਇਹ ਸਾਰਾ ਰੁਜ਼ਗਾਰ ਰੁਕਿਆ ਹੋਇਆ ਜੀ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਚੱਲਣਾ ਹੀ ਚਾਹੀਦਾ ਜੀ,
ਤਾਂ ਕਿ ਜਿਹੜੇ ਬਹੁਤ ਸਾਰੇ ਜਿਹੜੇ ਚੁੱਲ੍ਹੇ ਕਬੱਡੀ ਤੋਂ ਚੱਲਦੇ ਆ ਤਾਂ ਉਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਬਹਾਲ ਬਣਾਉਣਾ ਜੀ ਚੱਲਣ। ਬਾਜਾ ਖਾਨਾ ਜੀ, ਤੁਸੀਂ ਮਾਲਵਾ ਖੇਤਰ ਦੇ ਨਾਲ ਸੰਬੰਧ ਰੱਖਦੇ ਹੋ, ਕਬੱਡੀ ਦੇ ਜਿਹੜੀ ਵਾਪਸੀ ਆ ਮਾਲਵਾ ਖੇਤਰ ਤੋਂ ਹੋ ਰਹੀ ਆ, ਹਾਲਾਂਕਿ ਵਜਨੀ ਕਬੱਡੀ ਦੇ ਮੁਕਾਬਲੇ ਜ਼ਿਆਦਾ ਹੋ ਰਿਹਾ, ਨਾਮ ਜ਼ਰੂਰ ਘਟਿਆ, ਪਰ ਖੇਡ ਦੀ ਵਾਪਸੀ ਜ਼ਰੂਰ ਹੋਈ ਆ। ਤੁਸੀਂ ਮੈਦਾਨਾਂ 'ਤੇ ਗਏ ਔਰ ਕਮੈਂਟਰੀ ਕੀਤੀ ਆ, ਹੁਣ ਇਹ ਪਹਿਲਾਂ ਦੀ ਕਬੱਡੀ ਜਿਹੜੀ ਲੋਕਡਾਊਨ ਤੋਂ ਪਹਿਲਾਂ ਹੋ ਰਹੀ ਸੀ, ਜਿਹੜੀ ਹੁਣ ਕਬੱਡੀ ਹੋ ਰਹੀ ਆ, ਤੁਹਾਨੂੰ ਕੋਈ ਫਰਕ ਨਜ਼ਰ ਆਇਆ ਉਹਦੇ ਵਿੱਚ? ਜੀ ਜੀ ਨਹੀਂ, ਕਬੱਡੀ ਜਿਹੜੀ ਹੁਣ ਚੱਲ ਰਹੀ ਹੈ ਇਹਦੇ ਵਿੱਚ ਬੜੀ ਇੱਕ ਵਧੀਆ ਗੱਲ ਆ ਰਹੀ ਹੈ, ਜਿਵੇਂ ਕੈਂਪ ਲੱਗੇ ਹੋਏ ਸੀ ਹਨਾ ਜੀ, ਜੀ ਤਾਂ ਉਹਦੇ ਵਿੱਚ ਵਜਨੀ ਕਬੱਡੀ ਜਿੱਦਾਂ ਆਪਣੀ ਖਤਮ ਹੋ ਗਈ ਸੀਗੀ 52 ਕਿਲੋ ਜਿੱਦਾਂ ਪਹਿਲਾਂ ਹੁੰਦੇ ਸੀਗੇ ਹਨਾ, ਜੀ 62 ਕਿਲੋ 57 ਕਿਲੋ, ਪਰ ਹੁਣ ਵਜਨੀ ਕਬੱਡੀ ਦੇ ਜਿਹੜੇ ਛੋਟੇ ਬੱਚਿਆਂ ਦੇ ਮੈਚ ਜ਼ਿਆਦਾ ਹੋ ਰਹੇ ਹਨਾ, ਤੇ ਜੋ ਕੈਂਪ ਲੱਗੇ ਸੀ ਉਹ ਜਿਹੜੇ ਕੈਂਪ ਦੇ ਉਹੀ ਐਂਟਰੀਆਂ ਹੁੰਦੀਆਂ, ਉਹਦਾ ਨਾਮ ਬਣਾ ਕੇ ਉਹ ਬੱਚਿਆਂ ਨੂੰ ਦਿੱਤਾ ਜਾਂਦਾ ਜੀ। ਲੇਕਿਨ ਜਿਹੜੇ ਵੱਡੇ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਦੀ ਗੱਲ ਕਰਦੇ ਹਾਂ, ਤਾਂ ਵੀ ਜਿੱਦਾਂ ਅਕੈਡਮੀਆਂ ਦੇ ਜਾਂ ਆਲ ਓਪਨ ਦੀ ਗੱਲ ਆ ਜਾਂ ਪਿੰਡ ਪੱਧਰ ਓਪਨ ਦੀ ਗੱਲ ਆ, ਉਹ ਹਜੇ ਆਪਣੇ ਨਹੀਂ ਖੁੱਲੇ, ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਲੋਕਡਾਊਨ ਹੁਣ ਫੇਰ ਕਰ ਦਿੱਤਾ ਸੀ ਸ਼ਨੀ ਐਤਵਾਰ ਦਾ ਜੀ ਜੀ, ਤੇ ਸ਼ਾਮ ਦਾ ਵੀ ਹੁਣ ਜਿੱਦਾਂ 7 ਤੋਂ 5 ਵਜੇ ਤੱਕ ਫੇਰ ਲੋਕਡਾਊਨ ਆ ਹਨਾ, ਜੀ ਜੀ ਬਿਮਾਰੀ ਜਿਹੜੀ ਦੁਬਾਰਾ ਮੁੜ ਵਾਪਸੀ ਕਰ ਰਹੀ ਆ, ਕਿਉਂਕਿ ਹਰ ਬਿਮਾਰੀ ਦੇ ਭਾਜੀ ਦੋ ਹੱਲੇ ਹੁੰਦੇ ਆ, ਜਿੱਦਾਂ ਆਪਾਂ ਕਹਿੰਦੇ ਹਾਂ ਠੰਡ ਜ਼ਿਆਦਾ ਆਉਂਦੀ ਮਾਰਦੀ ਜਾਂ ਜਾਂਦੀ ਮਾਰਦੀ ਆ ਜੀ, ਬਿਲਕੁਲ, ਤੇ ਇਸੇ ਤਰ੍ਹਾਂ ਹੀ ਬਿਮਾਰੀ ਆ ਜੀ, ਕਿਉਂਕਿ ਇਹ ਮਹਾਮਾਰੀ ਆ ਹਨਾ। ਪਹਿਲਾਂ ਜਦੋਂ ਪਲੇਗ ਦੀ ਬਿਮਾਰੀ ਬਜ਼ੁਰਗਾਂ ਤੋਂ ਸੁਣਦੇ ਆ, ਪਹਿਲਾਂ ਪਲੇਗ ਦੀ ਬਿਮਾਰੀ ਤਾਂ ਆਈ ਸੀ ਹਨਾ ਚੂਹਿਆਂ ਤੋਂ ਚੱਲੀ ਸੀਗੀ, ਪਰ ਇਹ ਜਿਹੜੀ ਹੁਣ ਕੋਰੋਨਾ ਦੀ ਬਿਮਾਰੀ ਆਪਣੇ, ਕਿਉਂਕਿ ਪੂਰੇ ਵਰਲਡ ਚ ਆ, ਇਹ ਦੇਖੋ ਵੀ ਕਿੰਨਾ ਹਰ ਇੱਕ ਕੰਟਰੀ ਨੂੰ ਨੁਕਸਾਨ ਹੋ ਰਿਹਾ, ਤੇ ਜਿੱਦਾਂ ਹੁਣ ਏਅਰਪੋਰਟ ਆ ਆਪਾਂ ਸਾਰੇ ਹੀ ਵੇਖਦੇ ਹਾਂ ਵੀ ਏਅਰਲਾਈਨ ਸਾਰੀਆਂ ਬੰਦ ਪਈਆਂ ਹਨਾ, ਕਰੋੜਾਂ ਦਾ ਘਾਟਾ, ਇਸੇ ਕਰਕੇ ਚਲੋ ਸਰਕਾਰ ਦੀ ਵੀ ਕੁਛ ਰਿਸਪੋਂਸੀਬਿਲਟੀ ਬਣਦੀ ਸੀਗੀ ਕਬੱਡੀ ਦੇ ਪਲੇਅਰਾਂ ਦੇ ਲਈ, ਜਾਂ ਜਿਹੜੀਆਂ ਕਬੱਡੀ ਦੇ ਨਾਲ ਜਿਹਨਾਂ ਦਾ ਕੰਮ ਹੀ ਕਬੱਡੀ ਤੋਂ ਚੱਲਦਾ, ਜਿੱਦਾਂ ਨਾ ਰੁਜ਼ਗਾਰ ਹੀ ਕਬੱਡੀ ਤੋਂ ਚੱਲਦਾ ਹਨਾ, ਵੀ ਉਹਨਾਂ ਕੋਲ ਪੈਲੀ ਵੀ ਨੀ ਕੋਈ ਹੋਰ ਰੁਜ਼ਗਾਰ ਦਾ ਸਾਧਨ ਵੀ ਨੀ, ਬਹੁਤ ਸਾਰੇ ਪਲੇਅਰ ਜਿਹੜੇ ਗਰੀਬ ਘਰਾਂ ਚੋਂ ਆ, ਵੀ ਉਹਨਾਂ ਦੇ ਲਈ ਕੋਈ ਨਾ ਕੋਈ ਪੈਕੇਜ ਹੋਣਾ ਚਾਹੀਦਾ ਸੀਗਾ, ਤਾਂ ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਪਹਿਲ ਦੇ ਆਧਾਰ ਤੇ ਬਣਦੀ ਸੀਗੀ, ਔਰ ਮੈਨੂੰ ਲੱਗਦਾ ਸਰਕਾਰ ਨੇ ਕਦੇ ਅਣਗੌਲਿਆ ਹੀ ਕੀਤਾ ਕਬੱਡੀ ਨੂੰ ਤੇ ਕਬੱਡੀ ਦੇ ਪਲੇਅਰਾਂ ਨੂੰ। ਤਾਂ ਅਸੀਂ ਤਾਂ ਚਾਹੁੰਦੇ ਹਾਂ ਜਿੱਦਾਂ ਹੁਣ ਸਕੂਲ ਵੀ ਸਾਰੇ ਬੰਦ ਆ, ਚਲੋ ਪਲੇਅਰ ਵੀ ਸਾਥ ਦੇ ਰਹੇ ਆ ਸਰਕਾਰ ਦਾ ਜੀ ਜੀ, ਪ੍ਰਸ਼ਾਸਨ ਦਾ ਕਿ ਪ੍ਰਸ਼ਾਸਨ ਨੇ ਲੋਕਡਾਊਨ ਕੀਤਾ ਤਾਂ ਚਲੋ ਆਪਣੀ ਸੇਫਟੀ ਲਈ ਆ, ਸਾਡੀ ਸੇਫਟੀ ਲਈ ਆ ਹਨਾ ਜੀ ਜੀ, ਜੇ ਕਿਉਂਕਿ ਚੈਨ ਦੀ ਚੈਨ ਆ ਭਾਜੀ ਹਨਾ ਜੀ ਜੀ, ਜਿਹੜੀ ਬਿਮਾਰੀ ਆ ਜਾਂ ਇੱਕ ਦੂਜੇ ਤੋਂ ਇੱਕ ਗਾਂਹ ਦੀ ਗਾਂਹ ਜਾਂਦੀ ਆ ਹਨਾ ਜੀ, ਜੇ ਚੈਨ ਟੁੱਟੂਗੀ ਤਾਂ ਬਿਮਾਰੀ ਖਤਮ ਹੋਊਗੀ, ਪਰ ਜਿੱਥੋਂ ਤੱਕ ਆਪਾਂ ਦੇਖਦੇ ਹਾਂ ਵੀ ਓਨਾ ਚਿਰ ਦਾ ਉਹ ਨੀ ਹੱਲ ਹੋਣਾ ਵੀ ਜਿੰਨਾ ਚਿਰ ਇਹਦੀ ਮੈਡੀਸਨ ਜਾਂ ਕੋਈ ਪ੍ਰੋਪਰ ਇਹਦਾ ਕੋਈ ਉਹ ਨਾ ਆਉਂਦੇ ਹਨਾ ਜੀ ਜੀ। ਬਸੰਤ ਜੀ, ਤੁਸੀਂ ਕਿਉਂਕਿ ਖਿਡਾਰੀਆਂ ਦੇ ਬੜੇ ਨਜ਼ਦੀਕ ਸੰਬੰਧ ਹੁੰਦਾ ਆ ਕਮੈਂਟਰ ਦੇ ਨਾਲ, ਮੈਦਾਨ ਦੇ ਵਿੱਚ ਵੀ ਅਤੇ ਮੈਦਾਨ ਤੋਂ ਬਾਹਰ ਵੀ, ਹੁਣ ਜਦੋਂ ਕਬੱਡੀ ਦੀ ਮੁੜ ਬਹਾਲੀ ਹੋਊਗੀ ਪੂਰੀ ਤਰ੍ਹਾਂ ਨਵੰਬਰ ਦਸੰਬਰ ਦੇ ਵਿੱਚ, ਜੇ ਇਹ ਪਰਮਾਤਮਾ ਦੀ ਮਿਹਰ ਰਹਿੰਦੀ ਆ ਤਾਂ ਮੁੜ ਤੋਂ ਸੀਜ਼ਨ ਵਾਪਸੀ ਹੁੰਦੀ ਆ ਕਬੱਡੀ ਦੀ ਪੰਜਾਬ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਕਿ ਕੋਈ ਫਰਕ ਪੈਣ ਵਾਲਾ ਖਿਡਾਰੀਆਂ ਦੇ ਪੈਸੇ ਦੇ ਉੱਪਰ ਜਾਂ ਜਿਹੜੇ ਮੈਚਾਂ ਦੀ ਗਿਣਤੀ ਹੁੰਦੀ ਆ ਉਹਦੇ ਉੱਪਰ, ਕਿਉਂਕਿ ਲੱਗਦਾ ਕਿ ਜਦੋਂ ਮੁੜ ਸੀਜ਼ਨ ਸ਼ੁਰੂ ਹੋਣਾ ਕਿ ਉਨੇ ਪ੍ਰਮੋਟਰ ਵੀ ਆ ਨਹੀਂ ਸਕਣਗੇ ਪੰਜਾਬ, ਕਿਉਂਕਿ ਕੁਝ ਪ੍ਰਮੋਟਰ ਤਾਂ ਪਹਿਲਾਂ ਇੱਥੇ ਫਸੇ ਹੋਏ ਸੀ ਤਾਂ ਕੁਝ ਵਿਦੇਸ਼ ਵਿੱਚ ਫਸੇ ਹੋਏ, ਅਤੇ ਉਹਨਾਂ ਦੇ ਜਿਹੜੇ ਕੰਮ ਕਾਰ ਆ ਪੰਜਾਬੀ ਪ੍ਰਮੋਟਰਾਂ ਦੇ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਰਥਿਕ ਤੌਰ 'ਤੇ ਨੁਕਸਾਨ ਹੋਇਆ, ਅਤੇ ਤੁਸੀਂ ਕੀ ਭਾਂਪਦੇ ਹੋ ਜਦੋਂ ਮੁੜ ਸੀਜ਼ਨ ਸ਼ੁਰੂ ਹੋਵੇਗਾ ਤਾਂ ਕਬੱਡੀ ਦਾ ਕਿਸ ਤਰ੍ਹਾਂ ਦਾ ਬਦਲਾਅ ਨਜ਼ਰ ਆਊਗਾ? ਬਦਲਾਅ ਭਾਜੀ ਹੈ ਨਾ ਥੋੜ੍ਹਾ ਹੋਊਗਾ ਜ਼ਰੂਰ, ਕਿਉਂਕਿ ਹਰ ਇੱਕ ਦੇ ਕੰਮ ਦੇ ਉੱਤੇ ਪੂਰਾ ਹੀ ਅਸਰ ਪਿਆ ਹਨਾ ਜੀ। ਹੁਣ ਜਿਨ੍ਹਾਂ ਦੀ ਮੰਨ ਕੇ ਚਲੋ ਵੀ ਆਪਾਂ ਡੇਲੀ ਦੀ ਆਪਾਂ ਇਨਕਮ ਲਾਉਣੇ ਆ ਹਨਾ ਜੀ, ਤਾਂ ਹੁਣ ਲੋਕਾਂ ਦਾ ਜਿਹੜਾ ਬਾਹਰ ਆ ਵਿਦੇਸ਼ੀ ਆ ਹਨਾ, ਜਿੱਦਾਂ ਹੁਣ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਮੇਰੀ ਮੈਲਬੋਰਨ ਗੱਲ ਹੋਈ ਸੀ ਪਿਛਲਾ ਸੀਜ਼ਨ, ਮੈਂ ਆਸਟ੍ਰੇਲੀਆ ਕਵਰ ਕਰਕੇ ਆਇਆ ਜੀ, ਉੱਥੇ ਮੁਕੰਮਲ ਹੀ ਲੋਕਡਾਊਨ ਆ ਜੀ ਮੈਲਬੋਰਨ ਚ, ਬਾਕੀ ਦੀਆਂ ਉਹਨਾਂ ਦੀਆਂ ਸਟੇਟਾਂ ਉਹਨਾਂ ਚ ਹੈ ਨੀ ਗਾ, ਕੱਲੇ ਮੈਲਬੋਰਨ ਚ ਜ਼ਿਆਦਾ ਬਿਮਾਰੀ ਆਈ ਆ। ਹੁਣ ਜਿੱਦਾਂ ਭਾਜੀ ਕੰਮ ਰੁਕੇ ਹੋਏ ਆ ਹਨਾ ਜੀ, ਤਾਂ ਫਿਰ ਕੰਮ ਰੁਕਾਇਆ ਕਾਰਨ ਕੇ ਫਿਰ ਸੈਲਰੀ ਵੀ ਆਉਂਦੀ ਨੀ ਹਨਾ ਜੀ ਜੀ, ਤਾਂ ਕਿ ਕਿਉਂਕਿ ਪਹਿਲਾ ਘਰ ਜ਼ਰੂਰੀ ਹੁੰਦਾ ਜੀ, ਫਿਰ ਦੂਜਾ ਤੱਕ ਆਉਂਦਾ ਹਨਾ, ਹਰ ਇੱਕ ਦਾ ਬੱਚੇ ਆ, ਹਰ ਇੱਕ ਦਾ ਪਰਿਵਾਰ ਆ। ਪਰ ਮੈਂ ਨਾਰੇ ਵੀਰਾਂ ਦਾ ਖਾਸ ਤੌਰ ਤੇ ਪੰਜਾਬੀ ਭਰਾਵਾਂ ਦਾ ਬਹੁਤ ਧੰਨਵਾਦ ਇਸ ਕਰਕੇ ਕਰਦਾ, ਕਿਉਂਕਿ ਭਾਜੀ ਮੈਂ ਵਿੱਚ ਉੱਥੇ ਵਿਚ ਰਿਹਾ ਹਨਾ, ਫੈਮਿਲੀਆਂ ਚ ਰਿਹਾ ਜੀ, ਉਹ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਭਾਜੀ ਇੱਥੇ ਭੇਜਦੇ ਆ, ਪਲੇਅਰਾਂ ਦੇ ਲਈ ਲਾ ਲਓ ਜਾਂ ਕਬੱਡੀ ਦੇ ਲਈ ਲਾ ਲਓ, ਤੇ ਵੀ ਸਾਡੇ ਪਿੰਡ ਕਬੱਡੀ ਹੋਣੀ ਚਾਹੀਦੀ ਆ, ਜਾਂ ਗਰੀਬ ਪਲੇਅਰ ਆ ਵੀ ਅਸੀਂ ਇਹਦੀ ਸਪੋਰਟ ਕਰਨੀ ਆ, ਵੀ ਤਗੜਾ ਹੋ ਕੇ ਆਉਣ ਵਾਲੇ ਸਮੇਂ ਦਾ ਸਟਾਰ ਬਣ ਸਕਦਾ ਜੀ, ਜਿੱਦਾਂ ਹੈਲਪ ਕਰਦੇ ਆ ਉਹ ਜੀ, ਪਰ ਥੋੜਾ ਅਸਰ ਪਊਗਾ ਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ ਪੰਜਾਬੀਆਂ ਦੇ ਦਿਲ ਹਮੇਸ਼ਾ ਹੀ ਵੱਡੇ ਆ ਜੀ, ਜਿੱਦਾਂ ਹੜ ਆਏ ਸੀਗੇ ਪਿੱਛੇ ਆਪਾਂ ਦੇਖਿਆ ਲੋਹੀਆਂ ਏਰੀਏ ਚ, ਤਾਂ ਪੰਜਾਬੀਆਂ ਨੇ ਰੱਜ ਕੇ ਮਦਦ ਕੀਤੀ ਆ, ਤਾਂ ਹੁਣ ਵੀ ਕੋਰੋਨਾ ਆਇਆ ਤਾਂ ਦੇਖੋ ਲੰਗਰ ਆਪਣੇ ਪੰਜਾਬੀਆਂ ਨੇ ਹਰ ਥਾਂ ਦੇ ਉੱਤੇ ਘਰਾਂ ਚ ਵੀ ਜਾ ਕੇ ਪਹੁੰਚਾਇਆ, ਰਾਸ਼ਨ ਸਭ ਕੁਛ ਜੀ, ਬਿਲਕੁਲ, ਤੇ ਪੰਜਾਬੀਆਂ ਦੇ ਦਿਲ ਖੁੱਲੇ ਆ, ਵੱਡੇ ਦਿਲ ਆ ਜੀ।
ਇੱਥੇ ਬਾਬੇ ਨਾਨਕ ਦੀ ਕਿਰਪਾ ਜੀ ਆਪਣੇ ਪੰਜਾਬ ਤੇ, ਚਾਹੇ ਮਾਝਾ ਆਪਾਂ ਖੇਤਰ ਦੀ ਗੱਲ ਕਰਦੇ ਹਾਂ, ਚਾਹੇ ਦੁਆਬੇ ਖੇਤਰ ਦੀ ਗੱਲ ਕਰਦੇ ਹਾਂ, ਚਾਹੇ ਆਪਾਂ ਮਾਲਵੇ ਖੇਤਰ ਦੀ ਗੱਲ ਕਰਦੇ ਹਾਂ, ਚਾਹੇ ਪੁਆਧ ਦੀ, ਤਾਂ ਇਹ ਗੁਰੂ ਮਹਾਰਾਜ ਦੀ ਬੜੀ ਰਹਿਮਤ ਆ ਜੀ। ਪਰ ਕਬੱਡੀ ਤੇ ਥੋੜਾ ਅਸਰ ਤਾਂ ਹੋਊਗਾ, ਮੈਚ ਵੀ ਹੋ ਸਕਦਾ ਘਟਣਾ, ਕਿਉਂਕਿ ਕੰਮ ਸਾਰੇ ਬੰਦ ਹੋਣ ਕਰਕੇ ਵੀ ਉਹ ਥੋੜੀ ਜਿਹੀ ਆਰਥਿਕ ਵਾਲਾ ਜਿਹੜਾ ਹਰ ਇੱਕ ਚੀਜ਼ ਪਾਸੇ ਡਾਊਨ ਹੋਇਆ ਜੀ। ਜੀ ਬਸੰਤ ਜੀ, ਜਦੋਂ ਵੀ ਤੁਸੀਂ ਮੈਦਾਨ ਦੇ ਉੱਪਰ ਕਮੈਂਟਰੀ ਕਰਦੇ ਹੋ ਤਾਂ ਇੱਕ ਵੱਖਰੇ ਤੌਰ 'ਤੇ ਨਜ਼ਰ ਆਉਣੇ ਦੁਨੀਆ ਨੂੰ, ਔਰ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਬਾਰੇ ਜੋ ਤੁਸੀਂ ਇੱਕ ਚੰਗੇ ਬੋਲ ਬੋਲਦੇ ਹੋ, ਉਸ ਤੋਂ ਇਲਾਵਾ ਸਮਾਜਿਕ ਮੁੱਦਿਆਂ ਦੇ ਉੱਪਰ ਵੀ ਤੁਹਾਡੀ ਕਮੈਂਟਰੀ ਦੇ ਵਿੱਚ ਚਰਚਾ ਹੁੰਦੀ ਹੈ, ਉਸ ਤਰ੍ਹਾਂ ਦਾ ਇੱਕ ਬੋਲ ਸਾਡੇ ਦਰਸ਼ਕਾਂ ਵਾਸਤੇ ਜ਼ਰੂਰ ਪੇਸ਼ ਕਰੋ ਜੀ। ਜੀ ਭਾਜੀ, ਇਹ ਮੇਰਾ ਫਰਜ਼ ਆ ਜੀ, ਮੇਰੀ ਜ਼ਿੰਮੇਵਾਰੀ ਸੀਗੀ ਹੈ ਨਾ, ਕਿਉਂਕਿ ਹਰ ਇੱਕ ਬੁਲਾਰੇ ਦੀ ਜ਼ਿੰਮੇਵਾਰੀ ਜੀ ਮੇਰੀ ਇਕੱਲੇ ਦੀ ਨਹੀਂ ਆ ਨਾ ਜੀ। ਤਾਂ ਮੈਂ ਚੰਗੇ ਰਾਈਟਰਾਂ ਨੂੰ ਤਕਰੀਬਨ ਪੜ੍ਹਿਆ ਵੀ ਆ, ਤੇ ਜਿਹੜੇ ਚੰਗੇ ਗਾਉਂਦੇ ਆ ਜਾਂ ਚੰਗੇ ਜਿੱਦਾਂ ਸਾਹਿਤਕਾਰ ਆ, ਮੈਂ ਉਹਨਾਂ ਨੂੰ ਸੁਣਿਆ ਬਹੁਤ ਆ ਹਨਾ ਭਾਜੀ, ਚਾਹੇ ਉਹ ਢਾਡੀ ਆ, ਚਾਹੇ ਉਹ ਰਾਗੀ ਆ, ਚਾਹੇ ਉਹ ਦੀਵਾਨ ਲਾਉਂਦੇ ਆ ਹਨਾ। ਤਾਂ ਮੈਂ ਹਰ ਇੱਕ ਜਿੰਨੇ ਵੀ ਚੰਗਾ ਕਰਨ ਵਾਲੇ ਆ ਹਨਾ ਜੀ, ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੀ। ਜੀ ਬਿਲਕੁਲ, ਕਿਉਂਕਿ ਹੁਣ ਜੇ ਆਪਾਂ ਕਲਾਕਾਰਾਂ ਦੀ ਗੱਲ ਕਰਦੇ ਹਾਂ ਤਾਂ ਕਲਾਕਾਰ ਮੰਨ ਕੇ ਚੱਲਦੇ ਹਾਂ ਵੀ ਆਪਾਂ 10 ਗਾਣੇ ਉਹਨਾਂ ਨੇ ਉਦਾਂ ਦੇ ਗਾ ਦੇ, ਲੇਕਿਨ ਉਹਨਾਂ ਦੇ 10 ਗਾਣੇ ਜਿਹੜੇ ਧਾਰਮਿਕ ਪੱਖ ਦੇ ਵੀ ਆਉਂਦੇ ਆ ਹਨਾ, ਹਰ ਇੱਕ ਵਿਸ਼ੇ ਤੇ ਗਾਣਾ ਹੁੰਦਾ ਜੀ ਹਨਾ। ਤਾਂ ਜਿਹੜਾ ਮੇਰੀ ਫਿਤਰਤ ਇਹ ਹੋਈ ਕਿ ਮੈਂ ਚੰਗੇ ਸ਼ਬਦਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਤਾਂ ਸਿੱਖ ਹੋਣ ਦੇ ਨਾਲ ਨਾਲ ਮੇਰਾ ਇਹ ਫਰਜ਼ ਬਣਦਾ ਸੀਗਾ ਕਿ ਮੈਂ ਆਪਦੇ ਸੂਰਮੇ ਯੋਧਿਆਂ ਦੀਆਂ ਬਾਤਾਂ ਪਾਵਾਂ, ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਕਿਉਂਕਿ ਇਹ ਹੁਣ ਦੀ ਆਪਣੇ ਜਿੱਦਾਂ ਕਹਿ ਦਈਏ ਵੀ ਥੋੜਾ ਟਾਈਮ ਪਹਿਲਾਂ ਹੀ ਆਪਣਾ ਜਿੱਦਾਂ 84 ਆਪਣੀ ਵਾਪਰੀ ਆ ਨਾ ਜੀ, ਤੇ ਸੰਤਾਂ ਨੇ ਇੱਕ ਜਿਵੇਂ ਮੈਂ ਪਹਿਲਾਂ ਵੀ ਇੰਟਰਵਿਊਆਂ 'ਚ ਕਾਫੀਆਂ 'ਚ ਬੋਲਿਆ ਸੀਗਾ ਕਿ ਜਿਵੇਂ ਇੱਕ ਸਿਆਣੀ ਮਾਂ ਜਗਾਉਂਦੀ ਆ, ਇਸੇ ਤਰ੍ਹਾਂ ਬਾਬਾ ਜਰਨੈਲ ਸਿੰਘ ਨੇ ਹਰ ਇੱਕ ਨੌਜਵਾਨ ਨੂੰ ਜਗਾਇਆ। ਜਿੱਦਾਂ ਹੁਣ ਆਪਾਂ ਪਾਣੀਆਂ ਦੇ ਮੁੱਦੇ ਲੈਂਦੇ ਹਾਂ ਜੀ, ਪੰਜਾਬ ਦੇ ਪਾਣੀਆਂ ਦਾ ਹੱਕ ਪਹਿਲਾਂ ਪੰਜਾਬ ਦਾ ਹੀ ਬਣਦਾ ਜੀ ਜੀ, ਤੇ ਹੁਣ ਪੰਜਾਬ 'ਚੋਂ ਆਪਾਂ ਜਾ ਕੇ ਰਾਜਸਥਾਨ 'ਚ ਜ਼ਮੀਨ ਆਪਾਂ ਨਹੀਂ ਲੈ ਸਕਦੇ ਜੀ ਜੀ, ਹੁਣ ਉੱਥੋਂ ਆ ਕੇ ਪੰਜਾਬ 'ਚ ਜਿੰਨੀ ਮਰਜ਼ੀ ਜ਼ਮੀਨ ਖਰੀਦ ਲੈਂਦੇ ਆ ਜੀ, ਹੁਣ ਉਪਜਾਊ ਜ਼ਮੀਨ ਆ ਜੀ ਪੰਜਾਬ ਦੀ, ਜਿੱਥੋਂ ਦੇ ਦਰਕਾਰ ਤੋਂ ਉੱਥੋਂ ਦੀ ਸੜਕਾਂ ਕੱਢ ਦਿੰਦੇ ਆ ਜੀ ਜੀ। ਇਹ ਬਾਬਾ ਜਰਨੈਲ ਸਿੰਘ ਨੇ ਸਾਡੇ ਹੱਕਾਂ ਲਈ ਸਾਨੂੰ ਸੁਚੇਤ ਕੀਤਾ ਸੀਗਾ, ਤੇ ਉਹ ਸਾਰਾ ਕੁਛ ਲਿਖਿਆ। ਹੁਣ ਭਾਜੀ ਮੈਂ 2 ਗੀਤ ਇੱਕ ਰਾਤ ਲਿਖਿਆ ਜੀ ਸੂਰਮਿਆਂ ਦਾ, ਇੱਕ ਮੈਂ ਹਰੀ ਸਿੰਘ ਨਲੂਏ ਆਪਣੇ ਕੌਮ ਦੇ ਮਹਾਨ ਜਰਨੈਲ ਉਹਨਾਂ ਦਾ ਮੈਂ ਗੀਤ ਇੱਕ ਲਿਖਿਆ ਸੀਗਾ, ਤੇ ਉਹ ਆਪਾਂ ਕਬੱਡੀ ਦੇ ਮੈਦਾਨਾਂ 'ਚ ਬੋਲਾਂਗੇ, ਤੇ ਜਿਹੜੀਆਂ ਬਾਬਾ ਜਰਨੈਲ ਸਿੰਘ ਦੀਆਂ ਆਪਾਂ ਬੋਲੀਆਂ ਸੀਗੀਆਂ ਨਾ ਜੀ, ਤਾਂ ਉਹ ਇੱਕ ਤਾਂ ਬਹੁਤ ਜ਼ਿਆਦਾ ਚੱਲੀ ਸੀ, ਆਪਾਂ ਲਿਖਿਆ ਸੀਗਾ ਚੇਲੀ ਸਾਹਿਬ ਬਖੰਡੀ ਦੀ ਦੁਆ ਮੈਂ ਆਸ਼ਕ ਭਿੰਡਰਾਂ ਵਾਲੀ ਦਾ ਜੀ ਜੀ, ਤਾਂ ਮੈਂ ਉਹਦੀਆਂ ਇਹ ਲੈਣਾ ਤੁਹਾਨੂੰ ਸੁਣਾ ਦਿੰਦਾ। ਤਕਰੀਬਨ ਹਰ ਕੇ ਉਹਦੀ ਡਿਮਾਂਡ ਬਹੁਤ ਕਰਦੇ ਆ ਜੀ ਜੀ, ਤੇ ਇੱਕ ਮੈਂ ਲੈਣ ਸੁਣਾਊਂਗਾ ਕਿ ਨਵਾਂ ਵਿਸ਼ਾ ਆਪਾਂ ਬੋਲਿਆ ਸੀਗਾ ਕਿ ਮੋਢੇ ਉੱਤੇ ਪਿਸਟਲ, ਮੋਢੇ ਉੱਤੇ ਪਿਸਟਲ ਤੇ ਚਿਹਰਾ ਦਗ ਦਗ ਦਗਦਾ ਸੀ ਜੀ, ਸੂਰਮਿਆਂ ਦੇ ਜਥੇ ਵਿੱਚ ਮਹਾਬਲੀ ਸੂਰਮਾ ਫੱਬਦਾ ਸੀ ਜੀ, ਉਹ ਬਚਨ ਪਗਾ ਕੇ ਛੱਡਦਾ ਸੀ ਜਿਸ ਗੱਲ ਦੀ ਹਾਮੀ ਭਰਦੇ ਜੀ, ਲੋਕੀ ਭਿੰਡਰਾਂ ਵਾਲੇ ਸੰਤਾਂ ਨੂੰ ਐਵੇਂ ਨੀ ਚੇਤੇ ਕਰਦੇ ਜੀ ਜੀ। ਕਹਿੰਦਾ ਨੱਥ ਪਾਈ ਦਾਜ ਦੇ ਲੋਭੀਆਂ ਨੂੰ ਜੀ, ਨੱਥ ਪਾਈ ਦਾਜ ਦੇ ਲੋਭੀਆਂ ਨੂੰ ਕਈ ਥਾਂ ਡੰਡਾ ਖੜਕਾਇਆ ਸੀ ਜੀ, ਕਈ ਆਕੜ ਖੋਰ ਬਰਾਤੀਆਂ ਨੂੰ ਸਿੰਘਾਂ ਛੱਪੜਾਂ ਵਿੱਚੋਂ ਲੰਘਾਇਆ ਸੀ ਜੀ, ਲਾਲਚੀ ਦਾਜ ਮੰਗਣੋਂ ਹਟ ਗਏ ਸੀ, ਸ਼ੇਰਾਂ ਦੀ ਭਵਕ ਤੋਂ ਡਰਦੇ ਜੀ, ਲੋਕੀ ਭਿੰਡਰਾਂ ਵਾਲੇ ਸੰਤਾਂ ਨੂੰ ਐਵੇਂ ਨੀ ਚੇਤੇ ਕਰਦੇ ਜੀ। ਇਹ ਪੂਰਾ ਕੀ ਸੀ ਚਾਰ ਲੈਣਾ ਦਾ ਜੀ, ਜਿਵੇਂ ਦਾਜ ਮੰਗਦੇ ਸੀਗੇ ਜੀ ਸੰਤ ਭਿੰਡਰਾਂ ਵਾਲੇ, ਆਪਾਂ ਵੇਖਦੇ ਹਾਂ ਤਾਂ ਉਦੋਂ ਸਿਰਫ 11 ਬੰਦੇ ਬਰਾਤ ਤੇ ਜਾਂਦੇ ਸੀਗੇ, ਤੇ ਜੇ ਕੋਈ ਏਦਾਂ ਦਾ ਕਰਦਾ ਸੀਗਾ ਹਨਾ ਜੀ, ਧੀ ਵਾਲਿਆਂ ਨੂੰ ਪਰੇਸ਼ਾਨ ਕਰਦਾ ਸੀਗਾ ਵੀ ਦਾਜ ਮੰਗਦਾ ਸੀ, ਪਰ ਸਿੰਘ ਜਾ ਕੇ ਫਿਰ ਉਹਨਾਂ ਨੂੰ ਸਮਝਾਉਂਦੇ ਹੁੰਦੇ ਸੀ ਪਹਿਲਾਂ, ਤੇ ਜੇ ਕੋਈ ਨਹੀਂ ਸਮਝਦਾ ਸੀ ਪਰ ਉਹਨਾਂ ਨੂੰ ਛੱਪੜਾਂ ਵੇਚ ਦੀ ਨਿਗਾਹ ਆਉਂਦੇ ਸੀਗੇ, ਚਲੋ ਛੱਪੜਾਂ ਵੇਚ ਹਨਾ ਜੀ। ਉਹ ਇੱਕ ਵਧੀਆ ਚੀਜ਼ ਸੀਗਾ ਜੀ। ਦੇਖੋ ਹੁਣ 11 ਬੰਦੇ ਬਰਾਤ ਤੇ ਆਉਂਦੇ ਆ ਤਾਂ ਸਾਰਾ ਕੁਛ ਹਜੇ ਬੋਝ ਨੀ ਬਣਦਾ, ਜਿਹੜੇ ਬੰਦੇ ਨੇ ਧੀ ਦੇ ਦਿੱਤੀ ਉਦੋਂ ਪਿੱਛੇ ਕੁਛ ਰਹਿ ਨੀ ਜਾਂਦਾ ਜੀ। ਜੀ ਬਿਲਕੁਲ ਜੀ ਜੀ ਜੀ। ਤੇ ਇਹ ਬਸੰਤ ਸਿੰਘ ਜੀ, ਤੁਸੀਂ ਉਹ ਜਿਹੜੀਆਂ ਸੰਤਾਂ ਬਾਰੇ ਇੱਕ 17 ਤੁਹਾਡੀਆਂ ਜ਼ਰੂਰ ਮਸ਼ਹੂਰ ਹੋਈਆਂ, ਉਹ ਵੀ ਜ਼ਰੂਰ ਸਾਂਝੀਆਂ ਕਰੋ ਸਾਡੇ ਦਰਸ਼ਕਾਂ ਨਾਲ। ਹਾਂ, ਚੇਲੀ ਸਾਹਿਬ ਬਖੰਡੀ ਦੀ ਜੀ। ਜੀ ਬਿਲਕੁਲ, ਮੈਂ ਉਹ ਇੱਕ ਚੀਜ਼ ਤੁਹਾਨੂੰ ਦੱਸਦਾ ਜੀ, ਆਪਣੇ ਜਿੰਨੇ ਵੀ ਵੀਰ ਜੁੜੇ ਹੋਏ ਆ ਜੀ ਜੀ, ਤੇ ਉਹ ਵੀ ਸੁਣ ਲੈਣ, ਕਈ ਵਾਰ ਨਾ ਕਈ ਬੰਦੇ ਦੂਜੇ ਪਾਸੇ ਨੂੰ ਗੱਲ ਜ਼ਿਆਦਾ ਲੈ ਜਾਂਦੇ ਆ ਜੀ ਹਨਾ ਜੀ। ਤਾਂ ਇਹ ਇੱਕ ਹਸਬੈਂਡ ਤੇ ਵਾਈਫ ਦੀ ਗੱਲ ਆ ਹਨਾ ਜੀ, ਜਿੱਦਾਂ ਵੀ ਉਹਨਾਂ ਦੀ ਨੋਕ ਝੋਕ ਹੁੰਦੀ ਆ ਨਾ ਜੀ ਬਿਲਕੁਲ, ਤੇ ਵੀ ਕਈ ਵਾਰ ਜਿਹੜੀ ਆਪਣਾ, ਮੈਂ ਇਹ ਨੀ ਕਹਿੰਦਾ ਕਿ ਸਾਰੀਆਂ ਔਰਤਾਂ ਪਖੰਡਵਾਦ ਨੂੰ ਉਹ ਕਰਦੀਆਂ, ਤਾਂ ਇੱਕ ਇਹ ਨਾ ਜਿੱਦਾਂ ਕਹਿ ਦਈਏ ਪਾਤਰ ਬਣੇ ਜਾਂਦੇ ਆ ਜੀ ਜੀ। ਹਰ ਇੱਕ ਜਦੋਂ ਤੁਸੀਂ ਲਿਖਣਾ ਸ਼ੁਰੂ ਕਰਦੇ ਹੋ ਉਹਦੇ ਵਿੱਚ ਪਾਤਰ ਆਉਂਦੇ ਆ ਜੀ, ਇੱਕ ਹੀਰੋ ਹੁੰਦਾ, ਇੱਕ ਵਿਲਨ ਹੁੰਦਾ, ਜਾਂ ਫਿਲਮ ਆਉਂਦੀ ਆ ਉਹ ਚੀਜ਼ ਦਾ ਹੁੰਦਾ, ਤੇ ਉਹ ਇੱਕ ਨੋਕ ਝੋਕ ਆ ਜੀ ਆਪਾਂ ਪਤੀ ਪਤਨੀ ਦੀ ਜੀ ਬਿਲਕੁਲ। ਤਾਂ ਉਹ ਇਹ ਲਿਖਿਆ ਸੀਗਾ, ਕਹਿੰਦਾ ਧੰਨਵਾਦ ਤੇਰਿਆਂ ਪ੍ਰਪੋਜ਼ਾਂ ਲਈ ਪਰ ਫਰਕ ਬਹੁਤਾ ਵਿੱਚ ਸਾਡੇ ਨੀ ਜੀ, ਤੂੰ ਫੈਨ ਕਹਾਵੇਂ ਜਿਨ੍ਹਾਂ ਦੀ ਉਹਨਾਂ ਨਾਲ ਮੇਰੇ ਆਡੇ ਨੀ, ਤੈਨੂੰ ਬੜੀ ਐਲਰਜੀ ਚੁੰਨੀ ਤੋਂ ਮੈਂ ਸ਼ੌਂਕੀ ਪਰਨੇ ਕਾਲੇ ਦਾ,
तू चेली है साध बखंडी दी, मैं आशक भिंडरांवाले दा, मैं आशक भिंडरांवाले दा। जी उसे अगलिया लैणा सी भाजी, कहना मैं अमृत वेले पाठ करा, तू जोगे शोगे कर दी है, असी डोलू चाहदा पीण वाले, तू मूंह ते भी ना धर दी है, मैं वल सिखदा हाँ गतके दा, जी ते तू वल सिखदी है टूने टप्पे ते ढाले दा, जी तू चेली है साध बखंडी दी, मैं आशक भिंडरां वाले दा। जी एक बिल्कुल लैणा भाजी बहुत चलिया सी, वो यही सी, जी ते ओ लिखा सी, कहिंदा तू बाबे मन दी उहनां नूं, तू बाबे मन दी उहनां नूं जो सलवारां पापा भज्जण वाले, जी मैं बाबे मन दा उहनां नूं जो वैरी दी हैक च वज्जण वाले, तू ना लैनी है ठरकी दा, जी मैं ना लैंदा इज्जतां दे रखवाले दा, तू चेली है साध बखंडी दी, मैं आशक भिंडरां वाले दा, जी मैं आशक भिंडरां वाले दा। जी 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 बहुत बहुत धन्यवाद बसंत सिंह बाजा खाना जी साढ़े नाल जुड़न वास्ते और कबड्डी दे विषय उपर साढ़े नाल अपने विचार रखने वास्ते। बहुत बहुत धन्यवाद भाजी, वाहिगुरु जी खालसा वाहिगुरू जी जी फतेह। तो प्रसिद्ध कबड्डी दे कमेंटर बसंत सिंह बाजा खाना साढ़े प्रोग्राम दे विच साढ़े नाल फोन लाइन ते शामिल होए सी ते उन्होंने दस्सिया कि कबड्डी जिहड़ी उहदी वापसी हो चुकी है मालवा खेतर दे विच वजनी कबड्डी दे ये मुकाबले करवाए जा रहे हैं, पर जे पंजाब पूरे नूं आपां देखदे हां तां पंजाब दी जे गल करदे हां ਤਾਂ ਦੁਆਬੇ ਖੇਤਰ ਦੇ ਵਿੱਚ ਹਾਲਾਂਕਿ ਕਬੱਡੀ ਦੇ ਜਿਹੜੇ ਮੁਕਾਬਲੇ ਸ਼ੁਰੂ ਨਹੀਂ ਹੋ ਸਕੇ, ਹਾਲਾਂਕਿ ਜੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨੂੰ ਆਪਾਂ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ COVID-19 ਜਿਹੜੀ ਮਹਾਂਮਾਰੀ ਹੈ ਉਹਦਾ ਪ੍ਰਕੋਪ ਹੁਣ ਹੋਰ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਦੇ ਚੱਲਦੇ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਜਿਹੜੀਆਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਪੰਜਾਬ ਦੇ ਇਹ 3 ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਜ਼ਿਆਦਾ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ, ਉਸ ਤੋਂ ਬਾਅਦ ਹੁਣ ਖਾਸ ਕਰਕੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਇਹਨਾਂ ਆਦਿ ਜ਼ਿਲ੍ਹਿਆਂ ਦੇ ਵਿੱਚ ਹੁਣ ਵੱਖਰੇ ਤੌਰ 'ਤੇ ਜ਼ਿਆਦਾ ਸਾਵਧਾਨੀਆਂ ਵਰਤਣ ਨੂੰ ਕਿਹਾ ਗਿਆ ਹੈ ਸਿਹਤ ਮਹਿਕਮੇ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ। ਤੋ ਅਸੀਂ ਇਹੋ ਹੀ ਆਸ ਕਰਦੇ ਹਾਂ ਕਿ ਜਿਹੜੇ ਕਬੱਡੀ ਦੇ ਮੈਦਾਨ ਨੇ ਉਹ ਸੁੰਨੇ ਹੋਏ ਪਏ ਨੇ COVID-19 ਦੇ ਚੱਲਦੇ, ਅਤੇ ਜਿਹੜੀ ਕੁਦਰਤ ਹੈ ਉਹ ਜਿਹੜੀ ਕਰੋਪੀ ਆਪਣੀ ਉਸ ਨੂੰ ਵਾਪਸ ਲਵੇ, ਅਤੇ ਜਿਹੜਾ ਪਰਮਾਤਮਾ ਉਹ ਸਾਰੀ ਦੁਨੀਆ ਦੇ ਉੱਪਰ ਮਿਹਰ ਬਣਾਈ ਰੱਖੇ, ਅਤੇ ਮੌੜ ਪੰਜਾਬ ਦੀ ਮਾਂ ਖੇਡ ਕਬੱਡੀ, ਪੰਜਾਬੀਆਂ ਦੀ ਮਾਂ ਖੇਡ ਕਬੱਡੀ, ਉਹਦੇ ਖਿਡਾਰੀ, ਉਹਦੇ ਕਮੈਂਟਰ, ਉਹਨੂੰ ਚਾਹੁਣ ਵਾਲੇ ਦਰਸ਼ਕ ਮੌੜ ਮੈਦਾਨਾਂ ਦੇ ਉੱਪਰ ਨਜ਼ਰ ਆਉਣ, ਅਤੇ ਜਦੋਂ ਪੰਜਾਬ ਦੇ ਵਿੱਚ ਦਸੰਬਰ ਨਵੰਬਰ ਦੇ ਵਿੱਚ ਮੌੜ ਕਬੱਡੀਆਂ ਪੈਣੀਆਂ ਸ਼ੁਰੂ ਹੋ ਜਾਣ ਤਾਂ ਪਹਿਲਾਂ ਵਰਗੇ ਉਹ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣ। ਤੋ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਲੈ ਕੇ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਬਣੇ ਰਹੋ ਦਾ TV NRI ਸਪੋਰਟਸ ਦੇ ਨਾਲ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਆਪਣੇ ਵਿਚਾਰ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।